अमृतपाल की गिरफ्तारी को लेकर पंजाब पुलिस का बड़ा एक्शन। जनतक थावां ते लगाए गए पोस्टर। ਤੇ ਅਸੀਂ ਵੀ ਪੋਸਟਰ ਮੰਡੇ ਵੀ ਜੇ ਕਿਤੇ ਅਮਰਪਾਲ ਨਜ਼ਰ ਆਉਂਦਾ ਕਿ ਲੱਗਦਾ ਪਤਾ ਦੇ ਬਾਰੇ ਆਪਣੇ ਲੋਕਲ ਪੁਲਿਸ ਨੂੰ ਜਾਂ ਕਿਸੇ ਵੀ ਨੇੜੇ ਦੇ ਪੁਲਿਸ ਸਟੇਸ਼ਨ ਨੂੰ ਸਲਾਹ ਦਿੱਤੀ ਜਾਵੇ। ਜਾਣਕਾਰੀ ਦੇਣ ਵਾਲੇ ਨੂੰ ਦਿੱਤਾ ਜਾਵੇਗਾ ਵੱਡਾ ਇਨਾਮ। ਸਨ ਬਟਾਲੇ ਦਾ ਪਤਾ ਬਾਕੀ ਆਲ ਪੰਜਾਬ ਚ ਹੈਗੇ ਸਟੇਸ਼ਨ ਤੋਂ ਇਲਾਵਾ ਹਰ ਹਰ ਨਾਕੇ ਦੇ ਉੱਤੇ ਪੋਸਟਰ ਦੀ ਕੀ ਸੰਬੰਧਿਤ ਅਮਰਪਾਲ ਖੜੇ ਹੋਣਗੇ। ਬਿਲਕੁਲ ਖੜੇ ਜਾਵੇ ਨਾ ਵਾਲੀ ਗੱਲ ਨਹੀਂ। ਸ਼ਬਦਾਂ ਦੀ ਤਾਕ ਤੇ ਵਨ ਮੀਡੀਆ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਈਸ਼ਾ ਸ਼ਰਮਾ ਸਵਾਗਤ ਕਰਦੀ ਹਾਂ। ਭਾਈ ਅਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ। ਦੱਸਦੇ ਕਿ ਭਾਈ ਅਮ੍ਰਿਤਪਾਲ ਸਿੰਘ ਜੋ ਕਿ ਬੀਤੀ 18 ਮਾਰਚ ਤੋਂ ਫਰਾਰ ਚੱਲ ਰਹੇ ਨੇ ਤੇ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਉਹਨਾਂ ਦੀ ਜੋ ਕਿ ਗ੍ਰਿਫਤਾਰੀ ਦੇ ਲਈ ਭਾਲ ਕੀਤੀ ਜਾ ਰਹੀ ਹੈ। ਦੱਸਦੇ ਕਿ ਬੀਤੇ ਦਿਨ ਹੀ ਉਹਨਾਂ ਦੇ ਕਰੀਬੀ ਸਾਥੀ ਨੂੰ ਗ੍ਰਿਫਤਾਰ ਕੀਤਾ ਗਿਆ ਪੱਪਲਪ੍ਰੀਤ ਨੂੰ ਤੇ ਹੁਣ ਅਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਪੁਲਿਸ ਨੇ ਇੱਕ ਵੱਡਾ ਐਕਸ਼ਨ ਲਿਆ। ਦੱਸਦੇ ਕਿ ਬਟਾਲਾ ਸ਼ਹਿਰ ਦੇ ਵਿੱਚ ਜਨਤਕ ਥਾਵਾਂ ਤੇ ਅਮ੍ਰਿਤਪਾਲ ਦੇ ਪੋਸਟਰ ਲਗਾਏ ਗਏ ਨੇ ਅਤੇ ਪੋਸਟਰ ਤੇ ਲਿਖਿਆ ਗਿਆ ਹੈ ਕਿ ਅਮ੍ਰਿਤਪਾਲ ਵੱਖ-ਵੱਖ ਕੇਸਾਂ ਦੇ ਵਿੱਚ ਪੁਲਿਸ ਨੂੰ ਲੋੜਿੰਦਾ ਹੈ ਅਤੇ ਜਿਹੜਾ ਵੀ ਕੋਈ ਅਮ੍ਰਿਤਪਾਲ ਦੀ ਜਾਣਕਾਰੀ ਪੁਲਿਸ ਨੂੰ ਦਿੰਦਾ ਹੈ ਸੂਚਿਤ ਕਰਦਾ ਹੈ ਤਾਂ ਉਸ ਨੂੰ ਉਚਿਤ ਇਨਾਮ ਵੀ ਦਿੱਤਾ ਜਾਵੇਗਾ ਤੇ ਜਾਣਕਾਰੀ ਜਿਹੜਾ ਵੀ ਕੋਈ ਵਿਅਕਤੀ ਅਮ੍ਰਿਤਪਾਲ ਬਾਰੇ ਪੁਲਿਸ ਨੂੰ ਦਿੰਦਾ ਹੈ ਉਸ ਦਾ ਨਾਮ ਗੁਪਤ ਰੱਖਿਆ ਜਾਵੇਗਾ। ਸੋ ਪੁਲਿਸ ਦੇ ਵੱਲੋਂ ਇਹ ਪੋਸਟਰ ਜਨਤਕ ਥਾਵਾਂ ਤੇ ਲਗਾਏ ਗਏ ਨੇ। ਬਟਾਲਾ ਪੁਲਿਸ ਦੇ ਵੱਲੋਂ ਰੇਲਵੇ ਸਟੇਸ਼ਨ ਤੇ ਜਾਂ ਹੋਰ ਥਾਵਾਂ ਤੇ ਅਮ੍ਰਿਤਪਾਲ ਦੇ ਪੋਸਟਰ ਲਗਾਏ ਗਏ ਨੇ ਤੇ ਲਗਾਤਾਰ ਹੀ ਅਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਪਾਲ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਲਲਿਤ ਕੁਮਾਰ ਨੇ ਕੀ ਕੁਝ ਦੱਸਿਆ ਤੁਸੀਂ ਵੀ ਸੁਣੋ। ਨਹੀਂ ਸਰ, ਅਮ੍ਰਿਤਪਾਲ ਦੀ ਸਟੇਸ਼ਨ 'ਤੇ ਪੋਸਟਰ ਲੱਗਾ ਤੁਸੀਂ ਗੱਲ ਕਰ ਰਹੇ ਹੋ ਅਤੇ ਅਸੀਂ ਵੀ ਪੋਸਟਰ ਮੰਡੇ ਵੀ ਜੇ ਕਿਤੇ ਅਮ੍ਰਿਤਪਾਲ ਨਜ਼ਰ ਆਉਂਦਾ ਕਿ ਲੱਗਦਾ ਪਤਾ ਦੇ ਬਾਰੇ ਆਪਣੇ ਲੋਕਲ ਪੁਲਿਸ ਨੂੰ ਜਾਂ ਕਿਸੇ ਵੀ ਨੇੜੇ ਦੇ ਪੁਲਿਸ ਸਟੇਸ਼ਨ ਨੂੰ ਸਲਾਹ ਦਿੱਤੀ ਜਾਵੇ ਜੀ। ਸਰ ਹੋਰ ਇਸ ਤੋਂ ਇਲਾਵਾ ਕਿਤੇ ਕਿਤੇ ਲੱਗ ਰਹੇ? ਸਾਨੂੰ ਬਟਾਲੇ ਦਾ ਪਤਾ, ਬਾਕੀ ਆਲ ਪੰਜਾਬ 'ਚ ਹੈਗੇ। ਨਹੀਂ, ਬਟਾਲੇ ਸਟੇਸ਼ਨ ਤੋਂ ਇਲਾਵਾ। ਸਟੇਸ਼ਨ ਤੋਂ ਇਲਾਵਾ ਹਰ ਹਰ ਨਾਕੇ ਦੇ ਉੱਤੇ ਪੋਸਟਰ ਦੀ ਕੀ ਸੰਬੰਧਿਤ ਅਮ੍ਰਿਤਪਾਲ ਖੜੇ ਹੋਣਗੇ? ਬਿਲਕੁਲ ਖੜੇ ਜਾਊਗੇ, ਨਾ ਵਾਲੀ ਗੱਲ ਨਹੀਂ। ਸਰ ਕੋਈ ਨਾਮ ਰੱਖਿਆ? ਬਿਲਕੁਲ ਸਰ, ਅਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ। ਜਨਤਕ ਥਾਵਾਂ ਤੇ ਲਗਾਏ ਗਏ ਪੋਸਟਰ। ਤੇ ਅਸੀਂ ਵੀ ਪੋਸਟਰ ਮੰਡੇ ਵੀ ਜੇ ਕਿਤੇ ਅਮ੍ਰਿਤਪਾਲ ਨਜ਼ਰ ਆਉਂਦਾ ਕਿ ਲੱਗਦਾ ਪਤਾ ਦੇ ਬਾਰੇ ਆਪਣੇ ਲੋਕਲ ਪੁਲਿਸ ਨੂੰ ਜਾਂ ਕਿਸੇ ਵੀ ਨੇੜੇ ਦੇ ਪੁਲਿਸ ਸਟੇਸ਼ਨ ਨੂੰ ਸਲਾਹ ਦਿੱਤੀ ਜਾਵੇ। ਜਾਣਕਾਰੀ ਦੇਣ ਵਾਲੇ ਨੂੰ ਦਿੱਤਾ ਜਾਵੇਗਾ ਵੱਡਾ ਇਨਾਮ। ਸਾਨੂੰ ਬਟਾਲੇ ਦਾ ਪਤਾ, ਬਾਕੀ ਆਲ ਪੰਜਾਬ 'ਚ ਹੈਗੇ ਸਟੇਸ਼ਨ ਤੋਂ ਇਲਾਵਾ ਹਰ ਹਰ ਨਾਕੇ ਦੇ ਉੱਤੇ ਪੋਸਟਰ ਦੀ ਕੀ ਸੰਬੰਧਿਤ ਅਮ੍ਰਿਤਪਾਲ ਖੜੇ ਹੋਣਗੇ? ਬਿਲਕੁਲ ਖੜੇ ਜਾਊਗੇ, ਨਾ ਵਾਲੀ ਗੱਲ ਨਹੀਂ। ਸ਼ਬਦਾਂ ਦੀ ਤਾਕ ਤੇ ਵਨ ਮੀਡੀਆ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਈਸ਼ਾ ਸ਼ਰਮਾ ਸਵਾਗਤ ਕਰਦੀ ਹਾਂ। ਭਾਈ ਅਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ। ਦੱਸਦੇ ਕਿ ਭਾਈ ਅਮ੍ਰਿਤਪਾਲ ਸਿੰਘ ਜੋ ਕਿ ਬੀਤੀ 18 ਮਾਰਚ ਤੋਂ ਫਰਾਰ ਚੱਲ ਰਹੇ ਨੇ ਤੇ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਉਹਨਾਂ ਦੀ ਜੋ ਕਿ ਗ੍ਰਿਫਤਾਰੀ ਦੇ ਲਈ ਭਾਲ ਕੀਤੀ ਜਾ ਰਹੀ ਹੈ। ਦੱਸਦੇ ਕਿ ਬੀਤੇ ਦਿਨ ਹੀ ਉਹਨਾਂ ਦੇ ਕਰੀਬੀ ਸਾਥੀ ਨੂੰ ਗ੍ਰਿਫਤਾਰ ਕੀਤਾ ਗਿਆ ਪੱਪਲਪ੍ਰੀਤ ਨੂੰ ਤੇ ਹੁਣ ਅਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਪੁਲਿਸ ਨੇ ਇੱਕ ਵੱਡਾ ਐਕਸ਼ਨ ਲਿਆ। ਦੱਸਦੇ ਕਿ ਬਟਾਲਾ ਸ਼ਹਿਰ ਦੇ ਵਿੱਚ ਜਨਤਕ ਥਾਵਾਂ ਤੇ ਅਮ੍ਰਿਤਪਾਲ ਦੇ ਪੋਸਟਰ ਲਗਾਏ ਗਏ ਨੇ ਅਤੇ ਪੋਸਟਰ ਤੇ ਲਿਖਿਆ ਗਿਆ ਹੈ ਕਿ ਅਮ੍ਰਿਤਪਾਲ ਵੱਖ-ਵੱਖ ਕੇਸਾਂ ਦੇ ਵਿੱਚ ਪੁਲਿਸ ਨੂੰ ਲੋੜਿੰਦਾ ਹੈ ਅਤੇ ਜਿਹੜਾ ਵੀ ਕੋਈ ਅਮ੍ਰਿਤਪਾਲ ਦੀ ਜਾਣਕਾਰੀ ਪੁਲਿਸ ਨੂੰ ਦਿੰਦਾ ਹੈ ਸੂਚਿਤ ਕਰਦਾ ਹੈ ਤਾਂ ਉਸ ਨੂੰ ਉਚਿਤ ਇਨਾਮ ਵੀ ਦਿੱਤਾ ਜਾਵੇਗਾ ਤੇ ਜਾਣਕਾਰੀ ਜਿਹੜਾ ਵੀ ਕੋਈ ਵਿਅਕਤੀ ਅਮ੍ਰਿਤਪਾਲ ਬਾਰੇ ਪੁਲਿਸ ਨੂੰ ਦਿੰਦਾ ਹੈ ਉਸ ਦਾ ਨਾਮ ਗੁਪਤ ਰੱਖਿਆ ਜਾਵੇਗਾ। ਸੋ ਪੁਲਿਸ ਦੇ ਵੱਲੋਂ ਇਹ ਪੋਸਟਰ ਜਨਤਕ ਥਾਵਾਂ ਤੇ ਲਗਾਏ ਗਏ ਨੇ। ਬਟਾਲਾ ਪੁਲਿਸ ਦੇ ਵੱਲੋਂ ਰੇਲਵੇ ਸਟੇਸ਼ਨ ਤੇ ਜਾਂ ਹੋਰ ਥਾਵਾਂ ਤੇ ਅਮ੍ਰਿਤਪਾਲ ਦੇ ਪੋਸਟਰ ਲਗਾਏ ਗਏ ਨੇ ਤੇ ਲਗਾਤਾਰ ਹੀ ਅਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਪਾਲ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਲਲਿਤ ਕੁਮਾਰ ਨੇ ਕੀ ਕੁਝ ਦੱਸਿਆ ਤੁਸੀਂ ਵੀ ਸੁਣੋ। ਨਹੀਂ ਸਰ, ਅਮ੍ਰਿਤਪਾਲ ਦੀ ਸਟੇਸ਼ਨ 'ਤੇ ਪੋਸਟਰ ਲੱਗਾ ਤੁਸੀਂ ਗੱਲ ਕਰ ਰਹੇ ਹੋ ਅਤੇ ਅਸੀਂ ਵੀ ਪੋਸਟਰ ਮੰਡੇ ਵੀ ਜੇ ਕਿਤੇ ਅਮ੍ਰਿਤਪਾਲ ਨਜ਼ਰ ਆਉਂਦਾ ਕਿ ਲੱਗਦਾ ਪਤਾ ਦੇ ਬਾਰੇ ਆਪਣੇ ਲੋਕਲ ਪੁਲਿਸ ਨੂੰ ਜਾਂ ਕਿਸੇ ਵੀ ਨੇੜੇ ਦੇ ਪੁਲਿਸ ਸਟੇਸ਼ਨ ਨੂੰ ਸਲਾਹ ਦਿੱਤੀ ਜਾਵੇ ਜੀ। ਸਰ ਹੋਰ ਇਸ ਤੋਂ ਇਲਾਵਾ ਕਿਤੇ ਕਿਤੇ ਲੱਗ ਰਹੇ? ਸਾਨੂੰ ਬਟਾਲੇ ਦਾ ਪਤਾ, ਬਾਕੀ ਆਲ ਪੰਜਾਬ 'ਚ ਹੈਗੇ। ਨਹੀਂ, ਬਟਾਲੇ ਸਟੇਸ਼ਨ ਤੋਂ ਇਲਾਵਾ। ਸਟੇਸ਼ਨ ਤੋਂ ਇਲਾਵਾ ਹਰ ਹਰ ਨਾਕੇ ਦੇ ਉੱਤੇ ਪੋਸਟਰ ਦੀ ਕੀ ਸੰਬੰਧਿਤ ਅਮ੍ਰਿਤਪਾਲ ਖੜੇ ਹੋਣਗੇ? ਬਿਲਕੁਲ ਖੜੇ ਜਾਊਗੇ, ਨਾ ਵਾਲੀ ਗੱਲ ਨਹੀਂ। ਸਰ ਕੋਈ ਨਾਮ ਰੱਖਿਆ? ਬਿਲਕੁਲ ਸਰ।